ਅਤੇ ਅੱਜ 5 ਜੂਨ 2018 ਇਨਵਾਇਰਮੈਂਟ ਡੇ ਮਨਾਇਆ ਜਾ ਰਿਹਾ। ਬੱਚੇ ਤੁਹਾਡੇ ਸਾਹਮਣੇ ਡਰਾ ਕਰ ਰਹੇ ਨੇ। ਸਭ ਤੋਂ ਜਿਹੜੀ ਮੁੱਖ ਗੱਲ ਇਹ ਹੈ ਕਿ ਜਿਹੜੇ ਸਾਡੇ ਬੱਚੇ ਹੈ, ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ, ਇਹ ਜਿਹੜੀ ਨਵੀਂ ਪਨੀਰੀ ਹੈ, ਇਹਨਾਂ ਤੱਕ ਇਹਨਾਂ ਨੂੰ ਕੁਦਰਤ ਨਾਲ ਜੋੜਿਆ ਜਾਵੇ, ਕੁਦਰਤ ਸਾਡੀ ਕੀ ਡਿਊਟੀ ਹੈ ਦੱਸਿਆ ਜਾਵੇ, ਤਾਂ ਸਾਨੂੰ ਇਹਨਾਂ ਦਾ ਹੁਣ ਤੋਂ ਹੀ ਕੁਦਰਤ ਨਾਲ ਪ੍ਰੇਮ ਪੈ ਜੂਗਾ ਅਤੇ ਜੋ ਪਰਿਆਵਰਨ ਪ੍ਰਦੂਸ਼ਣ ਦੀ ਜਿਹੜੀ ਸਮੱਸਿਆ ਹੈ ਉਹ ਤੋਂ ਸਾਨੂੰ ਨਿਜਾਤ ਮਿਲੂਗੀ। ਅਤੇ ਸਭ ਤੋਂ ਮੁੱਖ ਕੰਮ ਇਹੀ ਹੈ ਕਿ ਬੱਚਿਆਂ ਨੂੰ ਕੁਦਰਤ ਨਾਲ ਜੋੜਿਆ ਜਾਵੇ, ਜੋ ਸਾਡੀ ਇੱਕੋ ਸਿੱਖ ਸੰਸਥਾ ਦੁਆਰਾ ਇਹ ਪਦਮਪੁਰ ਵਿਖੇ ਗੁਰਦੁਆਰਾ ਸਿੰਘ ਸਭਾ ਅਤੇ ਜੋ ਪ੍ਰਤਿਯੋਗਤਾ ਕਰਾਈ ਜਾ ਰਹੀ ਹੈ, ਇਹ ਇਸੇ ਰਾਹ 'ਤੇ ਜਾਣ ਵਾਸਤੇ ਹੈ ਬੱਚਿਆਂ ਨੂੰ ਕਿ ਉਹ ਕੁਦਰਤ ਨਾਲ ਜ਼ਿਆਦਾ ਜ਼ਿਆਦਾ ਪ੍ਰੇਮ ਕਰਨ। ਬਾਕੀ ਹੋਰ ਵੀ ਐਕਟੀਵਿਟੀਜ਼ ਹੋਣਗੀਆਂ, ਪੋਇਮ ਐਕਟੀਵਿਟੀਜ਼ ਹੋ ਗਈ ਜਾਂ ਕਵਿਤਾ ਵਗੈਰਾ, ਬੱਚੇ ਨੂੰ ਵੀ ਪਾਰਟੀਸਪੇਟ ਲੈਣਾ ਚਾਹੁੰਗੇ, ਉਹ ਵੀ ਪ੍ਰੋਗਰਾਮ ਵੀ ਕਰਾਏ ਜਾਣਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।